ਟੀਮ ਦੇ ਖਾਤੇ ਜੋੜ ਦਿੱਤਾ ਹੈ। ਕਮੀ ਤਾਸ਼ਪੁਰੀਆ ਹੈ, ਲਓ ਅਗਲੀ ਰੇਡ ਚੌਂਦੇ ਵਾਲੇ ਸਰਵੇ ਨੇ ਪਾੜਤੀ ਹੈ। ਇਧਰ ਸਵਰਗੀ ਲਖਵਿੰਦਰ ਸਿੰਘ ਜੀ ਲੱਖਾ ਔਰ ਉਹਨਾਂ ਦੇ ਪੁੱਤਰ ਹੈਰੀ ਦੇ ਵੱਲੋਂ ਜਿੰਨੇ ਵੀ ਕਾਰਖ ਵਾਲੇ ਜੱਫੇ ਲਾਉਣਗੇ ਨਾ, ਉਹਨੇ 5-5 ਦੇ ਕੇ ਮਾਣ ਕੀਤੇ ਜਾਣਗੇ। ਗੋਲਡੀ ਜੁਕੇ, ਬਿੰਦੀ ਸਾਹਨੇਵਾਲ ਔਰ ਜੌਲੀ ਕਨੇਡਾ, ਰੰਧਾਵਾ ਸਾਹਨੇਵਾਲ ਮਾਂਗਟ ਸਾਹਨੇ ਵਾਲੇ ਗਰੁੱਪ ਦੇ ਵੱਲੋਂ ਉਹਨੇ 5-500 ਦੇ ਮਾਣ ਹੋਣਗੇ ਜਿੰਨੇ ਵੀ ਕਾਰਖ ਵਾਲੇ ਜੱਫੇ ਲਾਉਂਦੇ ਹੈ। ਲਓ ਅਗਲੀ ਰੇਡ ਖੇਡ ਮੈਦਾਨ 'ਚ ਫਿਰ ਪੈ ਚੁੱਕੀ ਹੈ। ਚਾਰ ਤਿਆਰ ਹੈ, ਚੌਹਾਂ ਦੇ ਵਿੱਚੋਂ ਵੇਖਦਾ ਵੀ ਐਨ ਸੋਨੀ ਘਣੀ ਵਾਲੀ ਹੈ, ਇਸ ਲਈ ਫਿਰ ਟਰਾਈ ਤੇ ਕਰਦਾ, ਪਰ ਜੋ ਪੁਆਇੰਟ ਤਾਵੀ ਨੇ ਟੀਮ ਦੇ ਖਾਤੇ ਜੋੜ ਦਿੱਤਾ ਹੈ। ਅਗਲੀ ਰੇਡ ਨੌਜਵਾਨ ਕਾਲਾ ਹੈ ਮੇਰੇ ਵੀਰੋ, ਕਾਲਾ ਘਣੀ ਵਾਲੀ ਹੈ ਕਿ ਮੁੱਲ ਪੈਣ ਸਰੀਰਾਂ ਦੇ, ਲਾਉਂਦੇ ਮਿਹਨਤ ਤੜਕੇ ਉੱਠ ਕੇ ਤਨ ਜੋਰ ਜਵਾਨਾਂ ਦਾ, ਲੈ ਜਾਣ ਭਰਿਆ ਮੇਲਾ ਲੁੱਟ ਕੇ, ਇਹ ਅੜੀਅਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ, ਰਾਜੇ ਖੇਲੇ ਹੱਟ ਪਾਸੇ, ਲੁੱਡੀਆਂ ਪਾਉਂਦੀ ਫਿਰੇ ਜਵਾਨੀ, ਲੁੱਡੀਆਂ ਪਾਉਂਦੀ ਫਿਰੇ ਜਵਾਨੀ। ਸੰਦੀਪ ਨੇ ਟਰਾਈ ਤੇ ਕੀਤੀ ਪਰ ਕਾਲੇ ਨੇ ਮੇਰੇ ਵੀਰੋ ਪੁਆਇੰਟ ਟੀਮ ਦੇ ਖਾਤੇ ਜੋੜ ਦਿੱਤਾ ਹੈ। ਅਗਲੀ ਰੇਡ ਜੱਸਿਆ ਕਰ ਵੀ ਗੱਲ, ਨੌ ਨਰਿੰਦਰ ਕਹਿੰਦੇ ਡੋਲੇ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ, ਦੇਖਦੇ ਆ ਵੀ ਸਾਹਮਣੇ ਚਾਰ ਖੜੇ ਨੇ, ਇੱਕ ਕਨੀ ਤੇ ਸੋਨੀ, ਇੱਕ ਤੇ ਕਹਿੰਦੇ ਅਸ਼ਰਾ, ਲਓ ਸਾਹਮਣੇ ਕਹਿੰਦੇ ਦਿੜਬੇ ਵਾਲਾ ਕਰਦਾ ਟਰਾਈ, ਲਾਊ ਜਫਾ ਜਾਂ ਨਹੀਂ, ਇੱਕ ਪਾਸੇ ਹਰਿਆਣੇ ਵਾਲਾ ਛੋਰਾ ਕਾਲਖ ਦੀ ਟੀਮ ਦੇ ਖਾਤੇ ਕਹਿੰਦੇ ਪੁਆਇੰਟ ਜੋੜ ਗਿਆ ਹੈ, ਪੁਆਇੰਟ ਕਹਿੰਦੇ ਕਾਲਖ ਦੀ ਟੀਮ ਦੇ ਖਾਤੇ ਜੋੜ ਗਿਆ ਹੈ। ਚੱਲ ਵੀ ਗੱਭਰੂਆ ਪਾ ਕੇ ਰਿਹਾ ਕਬੱਡੀ, ਕਿ ਪੱਟਾਂ ਦੇ ਨਾਲ ਪੱਟ ਨੇ ਖਹਿੰਦੇ ਡੋਲਿਆਂ ਨੂੰ, ਯਾਰ ਇਹਦੇ ਹੱਥ ਨਾ ਪੈਂਦੇ, ਲੋਕੀ ਉਂਗਲਾ ਕਰ ਕਰ ਪੁੱਛਦੇ ਆ, ਜਦੋਂ ਹਿੱਕਾਂ ਚੌੜੀਆਂ ਵਾਲੇ ਵਿੱਚ ਮੈਦਾਨ ਦੇ ਬੁੱਕਦੇ ਆ, ਜਦੋਂ ਹਿੱਕਾਂ ਚੌੜੀਆਂ ਵਾਲੇ ਵਿੱਚ ਮੈਦਾਨ ਦੇ ਬੁੱਕਦੇ ਆ, ਤੇ ਪੁਆਇੰਟ ਕਹਿੰਦੇ ਸਮਰਾਲੇ ਦੀ ਟੀਮ ਦੇ ਖਾਤੇ ਜੁੜ ਗਏ ਆ। ਚੱਲ ਵੀ ਚੋਪਰਾ ਪਾ ਕੇ ਰਿਹਾ ਕਬੱਡੀ, ਬਿੱਲੇ ਛੇੜ ਕੇ ਰਿਹਾ ਕਹਾਣੀ, ਲਓ ਸ਼ਕਤੀਮਾਨ ਨੇ ਫਿਰ ਕਬੱਡੀ ਪਾੜਤੀ ਮੈਦਾਨ ਦੇ ਵਿੱਚ। ਇਧਰਲੀ ਸਾਈਡ ਅਸ਼ਰਾ ਚੌਂਦੇ ਵਾਲਾ ਬੜੀ ਖਿੰਡ ਨਾਲ ਕਬੱਡੀ ਖੇਡਦਾ, ਤੇ ਨਾਲ ਵੇਖਦਾ ਵੀ ਨੌਜਵਾਨ ਘਬਰੋ ਸੋਨੀ ਤਿਆਰ ਹੈ, ਪਰ ਆ ਵੀ ਜੋ ਪੁਆਇੰਟ ਵੇਖਦਾ ਵੀ ਧਾਵੀ ਦੇ ਖਾਤੇ ਦੇ ਦਿੱਤਾ ਗਿਆ। ਇਧਰ ਰੰਮੀ ਹੋਣੀ ਤੇ ਨਾਲ ਰੂਬੀ ਹੋਣੀ ਹੈ, ਕਹਿੰਦੇ ਜੇ ਦੇਦਰੇ ਵਾਲਾ ਦੀਪਾ ਜੱਫਾ ਲਾਉਂਦਾ ਹੈ ਤੇ 500 ਦੇ ਮਾਣ ਕੀਤੇ ਜਾਣਗੇ। ਇਧਰ ਹਰਿਆਣੇ ਵਾਲਾ ਨੌਜਵਾਨ ਘਬਰੂ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ, ਵੇਖਦਾ ਵੀ ਸੰਦੀਪ ਤਿਆਰ ਹੈ, ਦੀਪਾ ਦੇਦਰੇ ਵਾਲਾ ਤਿਆਰ ਹੈ, ਮੁਕਾਬਲਾ ਸੰਦੀਪ ਨਾਲ ਹੋਇਆ। ਉਹ ਭੱਜਿਆ ਲੱਕ ਨੂੰ ਪੇਟਾ, ਭੱਜ ਗਈ ਕੈਂਚੀ, ਐਨ ਕਬੱਡੀ 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 ਹੋ ਗਈ ਹੈ। ਕਾਲਖ ਦਾ ਖੇਡ ਕਬੱਡੀ ਕੱਪ ਤੇ ਲੋਪੋ ਵਾਲੇ ਗੱਗੀ ਨੇ ਇਸ਼ਾਰਾ ਕਰ ਦਿੱਤਾ ਹੈ ਵੀ ਆ ਜੋ ਪੁਆਇੰਟ ਕਾਲਖ ਦੀ ਖੇਡ ਕਲੱਬ ਦੇ ਖਾਤੇ ਜਾ ਜੁੜੇ ਹੈ। ਕੰਮਾ ਤਾਸ਼ਪੁਰੀ ਹੈ, ਵਧਿਆ ਹੋਇਆ ਮੈਦਾਨ ਦੇ ਵਿੱਚ ਇੱਕ ਸੁੱਖੇ ਤਾਸ਼ਪੁਰੀਏ ਦੇ ਨਾਮ ਖੇਡ ਕਬੱਡੀ ਵਿੱਚ ਬਹੁਤ ਖੇਡ ਹੈ ਮੇਰੇ ਵੀਰੋ। ਔਰ ਇਧਰਲੀ ਸਾਈਡ ਚੌਂਦੇ ਵਾਲਾ ਅਸ਼ਰਾ ਕਹਿੰਦੇ ਇਸ ਮੁੰਡੇ ਨੂੰ, ਅਸ਼ਰੇ ਦੇ ਨਾਲ ਮੁਕਾਬਲਾ ਹੋਇਆ ਹੈ। ਇੱਕ ਪਾਸੇ ਤਾਸ਼ਪੁਰੀਆ ਕੰਮਾ ਹੈ, ਆਡੀ ਚੋਟੀ ਦੇ ਜ਼ੋਰ ਵਿੱਚੋਂ ਉਹ ਭਿੜਦੇ ਹੋਏ ਮਾਵਾਂ ਦੇ ਬਲੀ ਪੁੱਤਰ, ਔਰ ਜੋ ਪੁਆਇੰਟ ਫਿਰ ਕਾਲਖ ਦੀ ਖੇਡ ਕਲੱਬ ਦੇ ਖਾਤੇ ਜਾ ਜੁੜਿਆ ਹੈ। ਅਗਲੀ ਰੇਡ ਵੇਖਦਾ ਵੀ ਮੈਦਾਨ ਦੇ ਵਿੱਚ ਸਮਰਾਲਾ ਦੀ ਖੇਡ ਕਲੱਬ ਵੱਲੋਂ ਪੈ ਚੁੱਕੀ ਹੈ। ਇਧਰ ਜੰਗ ਕਬੱਡੀ ਕਲੱਬ ਟਰਾਂਟੋ ਦੇ ਮੇਨ ਆਰਗਨਾਈਜ਼ਰ ਵਿੱਚੋਂ ਇੱਕ ਦਲਜੀਤ ਰਾਮਗੜੀਆ ਵੀ ਪੁੱਜਿਆ ਹੈ ਤੇ ਦਵਿੰਦਰ ਮਾਨ ਵੀ ਆਇਆ ਹੈ, ਜਿਹੜਾ ਪੰਜਾਬੀ ਸਪੋਰਟਸ ਕਬੱਡੀ ਕਲੱਬ ਮੈਟਰੋ ਦੇ ਲਈ ਵੱਡੀ ਦੇਣ ਹੈ। ਦਵਿੰਦਰ ਮਾਨ ਜੀ ਦਾ ਕਨੇਜ ਪਿੰਡ ਹੈ, ਉਹ ਵੀ ਵਿਸ਼ੇਸ਼ ਤੌਰ ਤੇ ਆਇਆ ਹੈ। ਔਰ ਜੰਗ ਟਰਾਂਟੋ ਵਾਲੇ ਸਾਡੇ ਵੀਰ ਦਲਜੀਤ ਮਾਂਗੜ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਵੇਖਦਾ ਵੀ ਮੈਦਾਨ ਦੇ ਵਿੱਚ ਅਗਲੀ ਰੇਡ ਫਿਰ ਪੈ ਚੁੱਕੀ ਹੈ। ਇਧਰ ਹੁਣ ਸੋਨੀ ਜੱਫਾ ਲਾਉਂਦਾ ਹੈ, ਜਾ ਤੇ ਰੋਹੀ ਮੇਰੇ ਵੀਰੋ ਕਪਿਆਲ ਵਾਲਾ ਰੋਹੀ ਟਰਾਈ ਕਰਦਾ ਸੀਗਾ, ਔਰ ਜੋ ਪੁਆਇੰਟ ਕਾਲਖ ਦੀ ਖੇਡ ਕਲੱਬ ਦੇ ਖਾਤੇ ਜਾ ਜੁੜਿਆ ਹੈ। ਅਗਲੀ ਰੇਡ ਦੇ ਉੱਤੇ ਜੱਸਿਆ ਕਰ ਵੀ ਗੱਲ, ਨੌਜਵਾਨ ਘਬਰੂ ਚੌਂਦੇ ਪਿੰਡ ਵਾਲੇ ਕਹਿੰਦੇ ਸਰਬੇ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ, ਚਾਰ ਕਹਿੰਦੇ ਬਲੀ ਪੁੱਤ ਖੜੇ ਨੇ ਮਾਵਾਂ ਦੇ। ਹਾਂਜੀ ਗਗਨ, ਲਓ ਸਰਬੇ ਦੀ ਕਹਿੰਦੇ ਕਬੱਡੀ ਦੇ ਮੁੰਡਾ ਕਾਲਖ ਵਾਲਾ ਸਿਰੇ ਦਾ ਜੱਫਾ ਲਾ ਗਿਆ ਹੈ, ਤੇ ਪੁਆਇੰਟ ਕਹਿੰਦੇ ਕਾਲਖ ਦੀ ਟੀਮ ਦੇ ਖਾਤੇ ਜੁੜ ਗਿਆ। ਚੱਲ ਵੀ ਮੁੰਡਿਆ ਪਾ ਕੇ ਰਿਹਾ ਕਬੱਡੀ, ਤੈਨੂੰ ਸਾਹਮਣੇ ਚਾਰ ਦੀਖਦੇ ਨੇ, ਦੇਖਦੇ ਆ ਵੀ ਹੁਣ ਕਹਿੰਦੇ ਹਰਿਆਣੇ ਵਾਲੇ ਦੀ ਕਹਿੰਦੇ ਕਬੱਡੀ ਪੈ ਗਈ ਹੈ। ਨਰਿੰਦਰ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ, ਚਾਰ ਖੜੇ ਨੇ, ਸੋਨੀ ਪਾਣੀ ਸਿਰ ਤੋਂ ਟੱਪਦਾ ਜਾਂਦਾ, ਪਰ ਡਬਲ ਟੱਚ ਦਾ ਇਸ਼ਾਰਾ ਵੀ ਪੁਆਇੰਟ ਜਿਹੜਾ ਕਾਲਖ ਦੀ ਟੀਮ ਦੇ ਖਾਤੇ ਜੁੜ ਗਿਆ। ਕਾਲਾ ਆ ਗਿਆ ਕਹਿੰਦੇ ਘਣੀ ਬਾਲ ਵਾਲਾ ਕਹਿੰਦੇ ਕਬੱਡੀ ਪਾ ਰਿਹਾ, ਜਿਹੜੇ ਨਗਰ ਨੇ ਕਹਿੰਦੇ ਕਬੱਡੀ ਨੂੰ ਬੜੇ ਸਟਾਰ ਦਿੱਤੇ ਨੇ, ਦੇਖਦੇ ਵੀ ਹੁਣ ਸਾਹਮਣੇ ਚਾਰਾਂ ਚੋਂ ਹੁਣ ਕਿਹਦੇ ਨਾਲ ਹੱਥ ਜੋੜੀਆਂ ਹੋਣੀਆਂ।
ਉਹ ਗੱਲ ਸਮੇਂ ਦੀ ਹੈ। ਦਵਿੰਦਰ ਮਾਨ ਜੀ ਕਹਿੰਦੇ ਮੈਟਰੋ ਕਬੱਡੀ ਕਲੱਬ ਵਾਲੇ ਵੀ ਆਨੰਦ ਮਾਣਦੇ ਨੇ, ਦੂਜੇ ਪਾਸੇ ਦੇਹਨੇ ਵਾਲਾ ਕਹਿੰਦੇ ਟਰਾਈ ਕਰਦਾ ਤੇ ਪੁਆਇੰਟ ਕਹਿੰਦੇ ਸਮਰਾਲੇ ਦੀ ਟੀਮ ਦੇ ਖਾਤੇ ਜੁੜ ਗਿਆ, ਬਬਲੀ ਨਾਭੇ ਉਹਨਾਂ ਦੀ ਟੀਮ ਦੇ ਖਾਤੇ ਜੁੜ ਗਿਆ। ਲੈ ਵੀ ਬਿੱਲਿਆ ਛੇੜ ਕੇ ਰਿਹਾ ਕਹਾਣੀ, ਲਾਗਲੀ ਕਬੱਡੀ ਫਿਰ ਵੇਖਦਾ ਵੀ ਕਾਲਖ ਦੀ ਖੇਡ ਕਲੱਬ ਵੱਲੋਂ ਪੈ ਚੁੱਕੀ ਹੈ ਪਹਿਲਾ ਸੈਮੀਫਾਈਨਲ, ਕਾਲਖ ਦੇ ਖੇਡ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਹੈ। ਉੱਧਰ ਵੇਖਦਾ ਵੀ ਸਚਿਨ ਗਾਂਗਲੀ ਵਾਲਾ ਹੈ, ਇਹ ਪਾਕਿਸਤਾਨ ਵੀ ਖੇਡਿਆ ਹੈ, ਇਹ ਵੀ ਚੋਟੀ ਦੇ ਪਲੇਅਰਾਂ ਵਿੱਚ ਆਉਂਦਾ ਹੈ, ਇਹ ਹਰਿਆਣੇ ਤੋਂ ਕਬੱਡੀ ਖੇਡਣ ਆਇਆ ਹੈ, ਸਚਿਨ ਗਾਂਗਲੀ ਵਾਲਾ। ਪਰ ਜੋ ਪੁਆਇੰਟ ਕਾਲਖ ਦੀ ਖੇਡ ਕਲੱਬ ਦੇ ਖਾਤੇ ਜਾ ਜੁੜਿਆ ਹੈ। ਨੰਬਰਦਾਰ ਨੌਜਨ ਗੱਭਰੂ ਕਪਿਆਲ ਵਾਲਾ ਹੈ, ਐਨ ਵਧਿਆ ਹੋਇਆ ਕਬੱਡੀ ਪਾਉਂਦੇ ਲਈ, ਲਸ਼ ਲਸ਼ ਕਰਦੀ ਹੋਈ ਜਵਾਨੀ। ਇਧਰ ਭਾਨੂ ਦੇ ਨਾਲ ਮੁਕਾਬਲਾ ਹੋਇਆ ਪਰ ਜੋ ਪੁਆਇੰਟ ਰੇਡੋ ਦੇ ਖਾਤੇ ਜਾ ਜੁੜਿਆ ਹੈ। ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ ਕੀਪਰ ਸੱਦੋਵਾਲੀਆ ਵੀ ਪੁੱਜਿਆ ਹੈ, ਫਕਰ ਝੰਡੇ ਦਾ ਤੋਚੀ ਵੀ ਆਇਆ ਹੈ, ਜੋ ਤਾਰਾ ਮਾਨਕ ਵੀ ਪੁੱਜਿਆ ਹੈ, ਤੇ ਖਹਿਰਿਆਂ ਦੇ ਪੱਪੀ ਨੇ ਵੀ ਕਹਿੰਦੇ ਦਸ਼ਮੇਸ਼ ਕਬੱਡੀ ਕਲੱਬ ਕਾਲਖ ਦੇ ਲਈ ਐਨ ਸਿਰੇ ਦੇ ਜੱਫੇ ਲਾਏ ਹੈ। ਆ ਅਗਲੀ ਰੇਡ ਕੰਮਾ ਤਾਸ਼ਪੁਰੀ ਹੈ, ਗੋਰਾ ਨਿਸ਼ੋਰਾ ਰੰਗ ਤੇ ਗਲ ਦੇ ਵਿੱਚ ਗਾਨੀ ਹੈ, ਐਨ ਚੜੀ ਹੋਈ ਜਵਾਨੀ ਹੈ, ਜੋਰ ਪਰਖੇ ਜਾ ਰਹੇ ਮੈਦਾਨ ਦੇ ਵਿੱਚ। ਇੱਕ ਪਾਸੇ ਸਚਿਨ ਗਾਂਗਲੀ ਵਾਲਾ ਹੈ, ਟਰਾਈ ਤੇ ਕਰਦਾ ਪਰ ਜੋ ਪੁਆਇੰਟ ਐਨ ਨੌਜਨ ਤਾਸ਼ਪੁਰੀਏ ਨੇ ਕਾਲਖ ਦੀ ਖੇਡ ਕਲੱਬ ਦੇ ਖਾਤੇ ਜੋੜ ਦਿੱਤਾ ਹੈ। ਅਗਲੀ ਰੇਡ ਹਰਿਆਣੇ ਵਾਲੇ ਫਿਰ ਪਾੜਦੀ ਹੈ ਕਿ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਜੂ ਕਰਦੀ, ਜਾਂ ਫਿਰ ਜਿਵੇਂ ਚਪਟ ਹੈ ਚੀਤੇ ਦੀ ਰੇਡ ਵਾਂਗ ਹਿਰਨ ਉਡਾਰੀ ਭਰਦੀ, ਮਿਲਦੇ ਇਨਾਮ ਕਰੋੜਾਂ ਦੇ, ਕਰੋੜਾਂ ਨਾਲ ਟਰੈਕਟਰ ਮਿਲਦੇ, ਖੇਡ ਕੇ ਕੌਡੀ ਕਾਲਿਆ ਹੋਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ, ਖੇਡ ਕੇ ਕੌਡੀ ਕਾਲਿਆ ਹੋਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ। ਰਸ਼ੀਨ ਪਿੰਡ ਵਾਲਾ ਕਾਲਾ ਹੈ, ਜਿਹਤੇ ਕਾਲਖ ਵਾਲਾ ਚੰਨਾ ਮਾਣ ਕਰਦਾ ਹੈ, ਸਿਟੀ ਆਫ ਚੈਂਪੀਅਨ ਦੇ ਤੌਰ ਤੇ ਜਾਣਿਆ ਜਾਂਦਾ, ਕੈਨੇਡਾ ਦਾ ਸ਼ਹਿਰ ਐਡਮਿੰਟਨ, ਕਾਲਖ ਵਾਲਾ ਚੰਨਾ ਵੀ ਲਾਈਵ ਜੁੜਿਆ ਹੋਇਆ ਹੈ। ਇਧਰ ਮੈਦਾਨ ਵਿੱਚ ਵੇਖਦਾ ਵੀ ਅਗਲੀ ਰੇਡ ਔਰ ਫਾਇਦਾ ਤੁਹਾਡੇ ਸਾਹਮਣੇ ਹੈ। ਬਲਜਿੰਦਰ ਕਹਿੰਦੇ ਡੱਕਿਆ ਗਿਆ ਹੈ, ਸਮਰਾਲੇ ਵਾਲੇ ਨੇ ਕਹਿੰਦੇ ਸਿਰੇ ਦਾ ਜੱਫਾ ਲਾ ਦਿੱਤਾ ਹੈ, ਚੱਲ ਵੀ ਹਰਿਆਣੇ ਵਾਲਿਆ ਭਾਗ ਤੇਰਾ ਕਬੱਡੀ ਤੈਨੂੰ ਕਿਹੜਾ ਸਾਹਮਣੇ ਦੇਖਦੇ ਨੇ, ਚਾਰ ਜੱਫੀ ਖੜੇ ਨੇ। ਕਾਲਖ ਦੀ ਟੀਮ ਵੀ ਕਹਿੰਦੇ ਭਾਰੀ ਬੜੀ ਹੋਈ ਹੈ, ਕਾਲਖ ਦਾ ਮੇਲਾ ਕਹਿੰਦੇ ਪੂਰੇ ਭਰ ਜਾਓ ਬੰਦੇ, ਪਹਿਲਾ ਸੈਮੀਫਾਈਨਲ ਖੇਡਿਆ ਜਾ ਰਿਹਾ ਤੇ ਪੁਆਇੰਟ ਕਹਿੰਦੇ ਸਮਰਾਲੇ ਦੀ ਟੀਮ ਦੇ ਖਾਤੇ ਜੁੜ ਗਿਆ। ਕਾਕਾ ਕਢਾਣੀ ਕਹਿੰਦੇ ਯੂਐਸਏ ਵਾਲੇ ਵੀ ਪੁੱਜੇ ਹੋਏ ਨੇ, ਅੱਜ ਖੇਡ ਮੇਲੇ ਕਹਿੰਦੇ ਆਨੰਦ ਮਾਣ ਰਹੇ ਨੇ। ਚੱਲ ਵੀ ਨਰਿੰਦਰ ਪਾ ਕੇਰਾ ਕਬੱਡੀ ਹਰਿਆਣੇ ਤੋਂ ਚੱਲ ਕੇ ਆਇਆ, ਉਹ ਵੀ ਖਿਡਾਰੀ ਕਹਿੰਦੇ ਬੜੀ ਚੜ੍ਹਦ ਹੈ ਪੰਜਾਬ ਦੇ ਕੱਪਾਂ ਤੇ। ਦੂਜੇ ਪਾਸੇ ਕਹਿੰਦੇ ਮੁੰਡਾ ਦਿੜਬੇ ਵਾਲਾ, ਦਿੜਬੇ ਨੇ ਵੀ ਕਬੱਡੀ ਨੂੰ ਬੜੇ ਸਟਾਰ ਦਿੱਤੇ ਨੇ, ਦੇਖਦੇ ਵੀ ਮੁੰਡਾ ਟਰਾਈ ਕਰਦਾ ਤੇ ਪੁਆਇੰਟ ਕਹਿੰਦੇ ਕਾਲਖ ਦੀ ਟੀਮ ਦੇ ਖਾਤੇ ਜੁੜ ਗਿਆ। ਚੱਲ ਵੀ ਸਰਬਿਆ ਇਧਰ ਧੀਰਾ ਚੀਮਾ ਉਹਨਾਂ ਦਾ ਵੀ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਜੋ ਸਾਡੀ ਖੇਡ ਕਲੱਬ ਦੇ ਲਈ 25,000 ਦਾ ਸਹਿਯੋਗ ਵੀ ਕੀਤਾ ਹੈ। ਚੀਮਾ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ। ਔਰ ਅਗਲੀ ਰੇਡ ਨੌਜਨ ਸਰਵੇ ਨੇ ਪਾਈ ਹੈ, ਚੌਂਦੇ ਵਾਲੇ ਨੇ। ਇਧਰ ਸੰਦੀਪ ਤਿਆਰ ਹੈ, ਨੌਜਨ ਵੇਖਦਾ ਵੀ ਕਾਕਾ ਦੇਦਨੇ ਵਾਲਾ ਹੈ, ਪਰ ਮੁਕਾਬਲਾ ਭਾਨੂ ਦੇ ਨਾਲ ਹੋ ਗਿਆ ਹੈ। ਇੱਕ ਪਾਸੇ ਸਰਵਾ ਵੀ ਬੜਾ ਤੇਜ਼ ਹੈ, ਬੜਾ ਛੋਲਾ ਪੱਪਾਂ ਦਾ ਹੈ, ਉੱਡਿਆ ਫਿਰਦਾ ਹੈ, ਉਹ ਲੁੱਡੀਆਂ ਪੈ ਰਹੀਆਂ ਹੈ, ਉਹ ਭੱਜ ਗਈ ਕੈਂਚੀ। ਨਜ਼ਾਰਾ ਵੱਖਰਾ ਖੇਡ ਕਬੱਡੀ ਦਾ ਹੈ, ਨਜ਼ਾਰਾ ਵੱਖਰਾ ਖੇਡ ਕਬੱਡੀ ਦਾ। ਇਧਰ ਭਾਨੂ ਨੇ ਲਾ ਕੇ ਤਕੜਾ ਜੱਫਾ, ਪੁਆਇੰਟ ਕਾਲਖ ਦੀ ਖੇਡ ਕਲੱਬ ਦੇ ਖਾਤੇ ਜੋੜ ਦਿੱਤਾ ਹੈ। ਸਾਡੇ ਬਹੁਤ ਹੀ ਸਤਿਕਾਰਯੋਗ DSP ਰਣਜੀਤ ਸਿੰਘ ਜੀ ਵਿਸ਼ੇਸ਼ ਤੌਰ 'ਤੇ ਸਾਡੇ ਇਸ ਕਬੱਡੀ ਕੱਪ ਦੀ ਸ਼ਾਨ ਵਧਾਉਣ ਲਈ ਪਹੁੰਚੇ ਨੇ, ਬੜਾ ਜੀ ਆਇਆਂ ਨੂੰ ਧੰਨਵਾਦ ਜੀ DSP ਸਾਹਿਬ ਰਣਜੀਤ ਸਿੰਘ ਜੀ ਦਾ, ਅਤੇ ਉਹਨਾਂ ਦੇ ਨਾਲ ਹੀ ਸੁਖਦੇਵ ਸਿੰਘ ਜੀ ਗਰੇਵਾਲ USA ਉਹ ਵੀ ਚੇਚੇ ਤੌਰ 'ਤੇ ਪਹੁੰਚੇ ਨੇ ਇਸ ਕਬੱਡੀ ਕੱਪ ਦੀ ਰੌਣਕ ਵਧਾਉਣ ਲਈ। ਦੋਨਾਂ ਹੀ ਸਤਿਕਾਰਯੋਗ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਸਰਦਾਰ ਰਣਧੀਰ ਸਿੰਘ ਜੀ DSP ਸਾਹਿਬ ਅਤੇ ਸੁਖਦੇਵ ਸਿੰਘ ਜੀ ਗਰੇਵਾਲ ਸਾਹਿਬ USA ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਜਿੰਨੀਆਂ ਵੀ ਮਾਣਯੋਗ ਸ਼ਖਸੀਅਤਾਂ ਅੱਜ ਦੇ ਖੇਡ ਮੇਲੇ ਤੇ ਪੁੱਜਦੀਆਂ ਜਾ ਰਹੀਆਂ ਨੇ, ਜਿਨ੍ਹਾਂ ਦੇ ਗਹਿ ਗੱਡ ਵਿੱਚ ਯੋਗਦਾਨ ਨੇ। ਲੋ ਦੂਜੇ ਪਾਸੇ ਕਹਿੰਦੇ ਕਾਲੇ ਦੀ ਕਬੱਡੀ ਦੇ ਮੁੰਡਾ ਟਰਾਈ ਕਰਦਾ, ਲੱਗ ਗਿਆ ਜ਼ੋਰ ਦੋਨੇ ਚੋਪਰਾਂ ਦਾ। ਇਹ ਸੰਦੀਪ ਹੈ, ਸੰਦੀਪ ਪਰ ਕਾਲੇ ਨੇ ਪੁਆਇੰਟ ਟੀਮ ਦੇ ਖਾਤੇ ਜੋੜ ਦਿੱਤਾ ਹੈ। ਜਸਪ੍ਰੀਤ ਸਿੰਘ ਜੀ ਕੈਨੇਡਾ ਬਰਮਾਲੀਪੁਰ ਵਾਲੇ, ਉਹਨਾਂ ਨੇ ਵੀ 11,000 ਦਾ ਸਹਿਯੋਗ ਕੀਤਾ ਹੈ। ਹਾਂਜੀ ਹੂਟਰ ਵਾਲਾ ਮਾਈਕ ਜਿਹੜਾ ਹੈ, ਪਿਆਰਾ ਸਾਊਂਡ ਮੰਨਵੀ, ਬੜੀ ਪਿਆਰੀ ਸਾਊਂਡ ਹੈ, ਦੁਨੀਆ ਦੀ ਮੰਨੀ ਪ੍ਰਮੰਨੀ ਨੰਬਰ 1 ਸਾਊਂਡ ਹੈ। ਜਿਹੜਾ ਹੂਟਰ ਤੇ ਮਾਈਕ ਲੱਗਿਆ ਜੀ, ਉਹਦੀ ਆਵਾਜ਼ ਥੋੜੀ ਖੋਲ ਦਿੱਤੀ ਜਾਵੇ, ਜਿਹੜਾ ਹੂਟਰ ਤੇ ਮਾਈਕ ਲੱਗਿਆ। ਲਾਗਲੀ ਰੇਡ ਨੰਬਰਦਾਰ ਦੀ ਫਿਰ ਮੈਦਾਨ ਦੇ ਵਿੱਚ,
पैन जा रही है मेरे वीरो लंबरदार रेड पा रहा है इधर देने वाला दीपा तैयार है ते नाल काका तैयार है नाल संदीप तैयार है ते नाल पानू तैयार ते चौहान विचों संदीप नु टच भर चुके और जो पॉइंट वेखदा वी धावी दे खाते जा जुड़े है साने वाले ग्रुप वालों वालों उन्हें 500 रुपए जाएंगे जिन्हें भी कारख वाले जफे लाने हैं गोल्डी जुके बिंदी सानेवाल जॉली कनेडा रंधावा सानेवाल और मांगट मांगट फैमिली का भी धन्यवाद करते हैं रणदीप सिंह जी डीएसपी साहब और सुखदेव सिंह जी गरेवाल साहब उन्हों का भी इतने आते हार्दिक स्वागत है इस मैच जो पहली वाटर ब्रेक हुई है ते नाल दी नाल आई हुई संगत का भी फिर तो बहुत बहुत धन्यवाद है पहला सेमीफाइनल का मैच खेडा जा रहा है शहीद भगत सिंह कबड्डी क्लब समराला दे पॉइंट ने 13 दशमेश कबड्डी क्लब कालख दे पॉइंट ने जेडे 17 पॉइंट ने 13 और 17 का अंकड़ा दूसरे हाफ दे विच दोनों टीमों के कोच दोनों टीमों के प्लेयर की रणनीति तय करते हैं भी इस मैच नूं जित के किंज फाइनल दे विच पुज्या जा सकता हेलो काका गरेवाल चन्ना कालख नाल सोनी योद्धा इन्हां वल्लों उन्हें 500 दे मान होणगे कालख दे खिडारी जिन्ने जफे लाउंदे है LIC डीलर तो भी पहुंचे ने उन्होंने विशेष तौर पर धन्यवाद हेलो जिथे इस साल भी वधिया परफॉर्मेंस दे रही है कालख की टीम नैक्सट ईयर दे लई दशमेश कबड्डी क्लब कालख की टीम दे जेडे मेन स्पोंसर होंगे उन्होंने काका गरेवाल जी USA सतेंद्रपाल सिंह जी गोल्डी UK दीपा कालख जी निर्मल सिंह जी निमा सरपंच डेलो भोला अचरवाल रविंद्र सिंह जी बेदी USA एक मिनट वीर जी बलदीप सिंह जी लिट UK गुरदेव सिंह जी कंबोज USA सुखदेव सिंह जी आंडलू USA सोनी धालीवाल UK लखविंदर सिंह जी USA तारी एडमिंटन प्रसिद्ध लोक गायक रविंदर गरेवाल जी नैक्सट ईयर दशमेश कबड्डी क्लब कालख की जी टीम खेडेगी पंजाब कबड्डी अकैडमी एसोसीएशन दे विच ये सारे वीर मेन स्पॉन्सर होंगे ये स्पॉन्सर ने इन्ने खुल दिल दे नाल आखिया भी टोनी वीर चाहे 50 लाख रुपया लग जाए भी टीम प्रधान जी सिरे की खेडनी चाहिए है ते हुण अगे तो आप हुण तो ही जिहड़े प्रबंध ने पिंदर वड्डी जिम्मेवारी बन गई है भी हुण तो ही जिहड़े प्रबंध ने करने शुरू कर दईए सच्चे पातशाह मेहर करे नैक्सट ईयर वड्डे बजट की टीम इस मैदान दे विच खेडे बहुत ही वधिया खेड का प्रदर्शन कर दियां हुई दोनों नामवर टीम पॉइंट शहीद भगत सिंह कबड्डी क्लब समराला का शहीद भगत सिंह कबड्डी समराला दे दलजीत सिंह जी रामगढ़ वाले कहिंदे भी जिन्ने भी जाफी जफे लाउणगे हुण तो ओ नहीं 500 लो कहते जी 1000 ही कर दियो भी जे जित दे वल वधना भी उन्ने ही 1000 रुपये के मान सम्मान दिते जाणगे कालख की टीम के लिए जाफिया के लिए पिंदर चीमा कालख कहिंदा भी गोल्डी UK सानेवाल उन्हां दी तरफों 500 रुपये के मान सम्मान होणगे विशेष तौर पर धन्यवाद धनौले वाला शरारत करी जांदा ते नाल ही एक जिहड़ी पारखू अख हुंदियां ने ते मैनूं पहले ही जद मैच पए उहने आके दस्सिया रिजल्ट आपां शाम नूं क्लीयर करांगे भी कि टीम जिहड़ी कप जितदी लगदी है अज दा माइक ओवर टू बिल्ला लड़तो हैलो लो सामने तकिया मुकाबला बड़ा सख्त है ਇਹ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਨਿਤਰੂ ਵੜੇਵੇਂ ਖਾਣੀ ਉਹ ਗੱਲ ਹੋਈ ਆ ਤੇ ਸੋਨੀ ਟਰਾਈ ਕਰਦਾ ਤੇ ਪੁਆਇੰਟ ਕਹਿੰਦੇ ਸ਼ਕਤੀ ਮਾਨ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਲੈ ਵੀ ਬਿੱਲੇ ਛੇੜ ਕੇ ਨਾ ਕਹਾਣੀ ਪੈਗੀ ਕਬੱਡੀ ਕਾਲੇ ਦੀ ਲਓ ਘਣੀ ਵਾਰੀਆਂ ਨੌਜਵਾਨ ਗੱਭਰੂ ਕਾਲਾ ਇਸ ਵੇਲੇ ਫਿਰ ਕਬੱਡੀ ਪਾ ਰਿਹਾ ਹੈ ਗਗਨ ਕਾਲਖ ਸਾਡੇ ਅਸਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਵਾਜ ਪੰਧੇਰ USA अरमान कालख पिंदर कालख साड़ी जिंदगी दे बड़ी प्यारे वीर पर मैदान च वेखदा भी देदना पिंड है दीपे दा देदने वाला दीपा कोशिश करदा पर जो पॉइंट काले दे खाते जा जुड़े है काका कढ़ाणी USA शहीद भगत सिंह कबड्डी क्लब समराला दे मेन स्पॉन्सर ने उन्होंने $100 USA दा दिता भी इस टीम दे लई मान सम्मान जिहड़ा पुजदा कीता सी विशेष तौर पर धन्यवाद काका कढ़ाणी USA
ਲਾਕਮਾ ਤਾਜਪੁਰ ਜਾਂ ਕਬੱਡੀ ਪਾ ਰਿਹਾ ਦਰਸ਼ਕ ਵੀਰੋ ਯੰਗ ਕਬੱਡੀ ਕਲੱਬ ਟੰਟੋ ਵਾਲਾ ਹੈ ਦਲਜੀਤ ਮਾਂਗਟ ਰਾਮਗੜੀ ਵੀ ਪੁੱਜਿਆ ਹੋਇਆ ਹੈ ਔਰ ਮੇਰੇ ਵੀਰੋ ਦਵਿੰਦਰ ਮਾਨ ਮੈਟਰੋ ਕਲੱਬ ਵਾਲਾ ਵੀ ਆਇਆ ਹੈ ਕਾਕਾ ਘੁੜਾਣੀ ਯੂਐਸਏ ਉਹ ਵੀ ਵਿਸ਼ੇਸ਼ ਤੌਰ ਤੇ ਆਏ ਹੈ ਅੱਜ ਰੌਣਕਾਂ ਲੱਗੀਆਂ ਹੋਈਆਂ ਕਾਲਖ ਦੇ ਕਬੱਡੀ ਕਾਪੜੀਆਂ ਹੈ ਇਹਦੀ ਸਾਈਡ ਲੰਬੜਦਾਰ ਨੇ ਫਿਰ ਕਬੱਡੀ ਪਾੜਤੀ ਹੈ ਚੌਹਾਂ ਦੇ ਵਿੱਚੋਂ ਦੇਦਰੇ ਵਾਲੇ ਦੀਪੇ ਨੂੰ ਟੱਚ ਵੱਜ ਗਿਆ ਹੈ ਤੇ ਅਗਲੀ ਰੇਡ ਨਰਿੰਦਰ ਦੀ ਪੈਣ ਜਾ ਰਹੀ ਮੈਦਾਨ ਦੇ ਵਿੱਚ ਨਰਿੰਦਰ ਕਬੱਡੀ ਪਾ ਰਿਹਾ ਮੇਰੇ ਵੀਰੋ ਕਿ ਬਾਗੀਆਂ ਬਾਲੇ ਮੰਗੀ ਨੂੰ ਜਾਸੀ ਕਿੰਗ ਆਖਦੀ ਦੁਨੀਆ ਜਲਾਲਪੁਰੀਆ ਕਰੋਸ ਫਾਈਟਰ ਪਾਉਂਦਾ ਰਿੰਗ ਝਾਕਦੀ ਦੁਨੀਆ ਦੁੱਗਾ ਬਾਲੇ ਜੱਟ ਨੂੰ ਮੈਂ ਸੁਣਿਆ ਪਿਆਰ ਬਹੁਤ ਨੇ ਕਰਦੇ ਨਿੰਦੀ ਬੇਨੜੇ ਵਾਲੇ ਤੋਂ ਵੇਖਿਆ ਕਈ ਰੇਡਰ ਨੇ ਡਰਦੇ ਬਾਗਿਆਂ ਵਾਲਾ ਮੰਗੀ ਵੀ ਕਹਿੰਦੇ ਇਸੇ ਫੈਡਰੇਸ਼ਨ ਲਈ ਐਨ ਚੋਟੀ ਦੇ ਜੱਸੇ ਲਾਉਂਦਾ ਪਰ ਇੱਕ ਪਾਸੇ ਨਰਿੰਦਰ ਹੈ ਮੇਰੇ ਵੀਰੋ ਨਰਿੰਦਰ ਨਰਿੰਦਰ ਪੁਆਇੰਟ ਨਰਿੰਦਰ ਦੇ ਖਾਤੇ ਜਾ ਜੁੜੇ ਹੈ ਕੇ ਐਸ ਨਿੰਨੀ ਕੋਟ ਸਮਰਾਲਾ ਔਰ ਨਾਲ ਲੋਪੋ ਵਾਲਾ ਗੱਗੀ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ ਜਿਹਨੇ ਫੈਸਲਾ ਕੀਤਾ ਵੀ ਪੁਆਇੰਟ ਰੇਡਰ ਦੇ ਖਾਤੇ ਜਾ ਜੁੜੇ ਹੈ ਲੈ ਵੀ ਜੱਸਿਆ ਕਰ ਵੀ ਗੱਲ ਲਓ ਸਾਹਮਣੇ ਕਹਿੰਦੇ ਵੀ ਮੁਕਾਬਲਾ ਬੜਾ ਤਗੜਾ ਖੇਡਿਆ ਜਾ ਰਿਹਾ ਦੂਜੇ ਸੈਮੀ ਫਾਈਨਲ ਦੀਆਂ ਟੀਮਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ ਵੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਣਗੀਆਂ ਲਓ ਮੋਹਿਤ ਕਹਿੰਦੇ ਮੋਰ ਮਾਜਰੇ ਵਾਲਾ ਹਰਿਆਣੇ ਵਾਲਾ ਇੱਕ ਪੁਆਇੰਟ ਕਹਿੰਦੇ ਆਪਣੀ ਟੀਮ ਸਮਰਾਲੇ ਦੀ ਟੀਮ ਦੇ ਖਾਤੇ ਜੋੜ ਗਿਆ ਹੈ ਸਾਹਮਣੇ ਦੇਖਦੇ ਵੀ ਸ਼ਕਤੀਮਾਨ ਕਬੱਡੀ ਪਾ ਰਿਹਾ ਕਈਆਂ ਨੇ ਸ਼ਕਤੀਮਾਨ ਟੀਵੀ ਤੇ ਦੇਖਿਆ ਉਹ ਗੱਲ ਸਮਿਆਂ ਦੀ ਸੀ ਪਰ ਆ ਖੇਡ ਕਬੱਡੀ ਦਾ ਕਹਿੰਦੇ ਸ਼ਕਤੀਮਾਨ ਉੱਚੇ ਲੰਬੇ ਕੱਦ ਵਾਲਾ ਕਬੱਡੀ ਪਾ ਰਿਹਾ ਤੇ ਸਾਹਮਣੇ ਚਾਰਾ ਜੋ ਮੁੰਡਾ ਕਹਿੰਦੇ ਦਿਰਬੇ ਵਾਲਾ ਪਰ ਬਾ ਕਹਿੰਦੇ ਟਰਾਈ ਕਰਦਾ ਤੇ ਪੁਆਇੰਟ ਕਹਿੰਦੇ ਕਾਲਖ ਦੀ ਟੀਮ ਦੇ ਖਾਤੇ ਜੁੜ ਗਿਆ ਕਾਲਖ ਦੀ ਟੀਮ ਅੱਜ ਕਹਿੰਦੇ ਸਿਰਾ ਕਰਾਈ ਜਾ ਰਹੀ ਹੈ ਲੋਕ ਕਾਲਾ ਕਹਿੰਦੇ ਸਾਹਮਣੇ ਦੇਖਦੇ ਵੀ ਕਬੱਡੀ ਪਾ ਰਿਹਾ ਗਰਦਨ ਤੇ ਕਹਿੰਦੇ ਟੈਟੂ ਵੀ ਵੱਖਰਾ ਜਿਹਾ ਖੜਾਇਆ ਹੋਇਆ ਚਾਰ ਜਾਫੀ ਖੜੇ ਨੇ ਹੁਣ ਤਿਆਰ ਪਰ ਤਿਆਰ ਚਾਰਾਂ ਦੀ ਦੇਚੋਂ ਦੇਖਦੇ ਵੀ ਹੁਣ ਮੁੰਡਾ ਧਰਦਾ ਧੌਣ ਤੇ ਹੱਥ ਕਰਦਾ ਹੱਥ ਤੇ ਤੂਰ ਪਰ ਮੁਕਾਬਲਾ ਬੜਾ ਸਖਤ ਦੇਖਦੇ ਵੀ ਪੁਆਇੰਟ ਸਮਰਾਲੀ ਟੀਮ ਦੇ ਖਾਤੇ ਜੁੜ ਗਿਆ ਹਾਂਜੀ ਦਵਿੰਦਰ ਸਿੰਘ ਜੀ ਮਾਨ ਤੇ ਮਾਂਗਟ ਸਾਹਿਬ ਕਹਿੰਦੇ ਵੀ ਹੁਣ 1500 ਰੁਪਇਆ ਜਿੰਨੇ ਜਾਫੀ ਜੱਫਾ ਲਾਉਣਗੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਮਰਾਲੇ ਦੇ ਜਿੰਨੇ ਵੀ ਜਾਫੀ ਜੱਫਾ ਲਾਉਣਗੇ 1500 ਰੁਪਏ ਦੇ ਦਲਜੀਤ ਸਿੰਘ ਜੀ ਹੁਣ 1500 ਕੀ 2000 ਹੀ ਕਰ ਦਿੰਦੇ ਆ 2000 ਰੁਪਇਆ ਜਿੰਨੇ ਵੀ ਜਾਫੀ ਜੱਫਾ ਲਾਉਣਗੇ 2000 ਇਹਨਾਂ ਦੀ ਤਰਫੋਂ ਮਾਨ ਸਨਮਾਨ ਹੋਣਗੇ ਦਵਿੰਦਰ ਸਿੰਘ ਜੀ ਮਾਨ ਮੈਟਰੋ ਕਲੱਬ ਵਾਲੇ ਔਰ ਨਾਲ ਦਲਜੀਤ ਮਾਂਗਟ ਰਾਮਗੜ ਵਾਲਾ ਹੈ ਯੰਗ ਕਬੱਡੀ ਕਲੱਬ ਟੰਟੋ ਚਲਾਉਂਦੇ ਹੈ ਇੱਧਰ ਗੁਰਮੱਤਾ ਮੇਰੇ ਵੀਰੋ ਗੁਰਮੱਤਾ ਦਿੜਵੇ ਵਾਲਾ ਟਰਾਈ ਕਰਦਾ ਸੀਗਾ ਔਰ ਅਗਲੀ ਰੇਡ ਫਿਰ ਮੈਦਾਨ ਚ ਪੈ ਚੁੱਕੀ ਹੈ ਉਧਰ ਚਾਰ ਟਾਪਰ ਸਾਹਮਣਾ ਕਰ ਰਿਹਾ ਹੈ ਦੇਦਨ ਵਾਲੇ ਡੀਪੇ ਨੂੰ ਫਿਰ ਟੱਚ ਵੱਜ ਚੁੱਕਿਆ ਹੈ ਔਰ ਜੋ ਪੁਆਇੰਟ ਰੇਡਰ ਦੇ ਖਾਤੇ ਜਾ ਜੁੜਿਆ ਹੈ ਆ ਵੀ ਨਰਿੰਦਰ ਸਿੰਘ ਪਾ ਵੀ ਕਬੱਡੀ ਗੁਰਜੋਤ ਕਨੇਡਾ ਔਰ ਹਰਕੀਰਤ ਕਾਲਖ ਇਹਨਾਂ ਭਰਾਵਾਂ ਦਾ ਵੀ ਅਸੀਂ ਫਿਰ ਤੋਂ ਧੰਨਵਾਦ ਕਰਦੇ ਹਾਂ ਇਹ ਵੀ ਸਾਡੇ ਨਾਲ ਰਲ ਮਿਲ ਕੇ ਆ ਰਹੇ ਸਾਡੇ ਵੀਰ ਵੱਡਾ ਸਹਿਯੋਗ ਕਰ ਰਿਹਾ ਹੈ ਇੱਧਰ ਵੇਖਦਾ ਵੀ ਨੌਜਵਾਨ ਪਰ ਬਾਰ ਤਿਆਰ ਹੈ ਦਿੜਵੇ ਵਾਲਾ ਹੈ ਨਾਲ ਗੁਰਮੱਤਾ ਤਿਆਰ ਹੈ ਤੇ ਨਾਲ ਵੇਖਦਾ ਵੀ ਸੋਨੀ ਘਣੀ ਵਾਲੀ ਹੈ ਟਰਾਈ ਤੇ ਕਰਦਾ ਪਰ ਜੋ ਪੁਆਇੰਟ ਨਰਿੰਦਰ ਦੇ ਖਾਤੇ ਜਾ ਜੁੜੇ ਹੈ ਪਾਵੀ ਲੰਬੜਦਾਰ ਅਗਲੀ ਕਬੱਡੀ ਨੌਜਵਾਨ ਹੈ ਇੱਧਰ ਲੰਬੜਦਾਰ ਕਪਿਆਲ ਵਾਲਾ ਹੈ ਵੱਧ ਚੁੱਕਿਆ ਕਬੱਡੀ ਪਾਉਣ ਦੇ ਲਈ ਨੈਕਸਟ ਮੈਚ ਦੇ ਲਈ ਬਾਬਾ ਫੁੱਲੂ ਪੀਰ ਕਬੱਡੀ ਅਕੈਡਮੀ ਰੌਣੀ ਵਰਸਜ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਬਸਫੋਰਡ ਇਹ ਦੋਨੋਂ ਟੀਮਾਂ ਤਿਆਰੀ ਫੜ ਲੈਣ ਦੂਸਰਾ ਸੈਮੀਫਾਈਨਲ ਮੈਚ ਇਹਨਾਂ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ ਔਰ ਨਾਲ ਹੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਅਵਤਾਰ ਸਿੰਘ ਜੀ ਇਟਲੀ ਉਹਨਾਂ ਦੀ ਤਰਫੋਂ 5000 ਰੁਪਇਆ ਪੁੱਜਿਆ ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਦੇ ਲਈ ਪੱਪੀ ਦਰਸ਼ੀ ਕਾਲਖ ਤੋਂ 21000 ਰੁਪਇਆ ਬਾਬਾ ਦਰਸ਼ਨ ਸਿੰਘ ਯੂਏਈ 2100 ਕੁਲਨਾਥ ਸਿੰਘ ਜੀ ਆਸਟ੍ਰੇਲੀਆ 1100 5000 ਜਸਵੀਰ ਸਿੰਘ ਜੀ ਕੋਟਾਗਾ ਵਾਲੇ ਸ਼ਿੰਦਾ ਯੂਐਸਏ 2100 ਦਰਸ਼ਨ ਬਾਈ ਉਹਨਾਂ ਦੀ ਤਰਫੋਂ 2000 ਪਰ ਆਹ ਪੁਆਇੰਟ ਵੇਖੇ ਵੀ ਇਸ ਸਮੇਂ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਮਰਾਲਾ ਦੀ ਟੀਮ ਦਾ ਜੁੜਦਾ ਹੋਇਆ ਹਾਂਜੀ ਲਓ ਸਾਹਮਣੇ ਕਹਿੰਦੇ ਹਰਿਆਣੇ ਵਾਲਾ ਆ ਗਿਆ ਕਹਿੰਦਾ ਮਾਸੀ ਦੇ ਪੁੱਤੋ ਸਾਹਮਣੇ ਆਓ ਨੱਕਦੀ ਸੇਧ ਨੂੰ ਹੁਣ ਆ ਗਿਆ ਮੈਂ ਕਬੱਡੀ ਪਾਉਣ ਦੇ ਲਈ ਲਓ ਨਰਿੰਦਰ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ ਡੋਲੇ ਵਾਲੇ ਨੇ ਰੋਹਿਤ ਖੜਾ ਇੱਕ ਕੰਨੀ ਤੇ ਦੇਖਦਾ ਵੀ ਸਾਹਮਣੇ ਗੋਂਗਲੀ ਪਿੰਡ ਵਾਲਾ ਕਹਿੰਦੇ ਸੱਜਣ ਕਰਦਾ ਟਰਾਈ
एक क्रिकेट के सजे की बड़ी तगड़ी चढ़ाई है पर गोंगुली वाला ट्राई करता तो पॉइंट दे दिया भी किदे खाते जुड़ता है पहली कोच का इशारा भी पॉइंट जेड़ा रेडर के खाते जुड़ गया पॉइंट पॉइंट रेडर के हिस्से साढ़े दरम्यान भंधेर फीड तो अमरिंदर सिंह जी भंधेर साहब सियार तो पुजे ने उन्हों का भी इतने पुजन से स्वागत किया जा रहा है धन्यवाद बहुत ही वधिया जबरदस्त चक्कर दोनों खिडारियों के दरम्यान आ रहे पॉइंट 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 इस समय कालख की स्थिति मजबूत करता हुआ नजर आ रहा है पर हले इस समय ठेठ पंजाबी कह लिए भी दोनों जवान इस समय पूरा तींगड़ हुए कबड्डी के मैदान में छाड़ो गबरू है पॉइंट कालख का लो काका दे देने वाला जफा ला गया भाई सवाल है जे काके दा जफा ले कितारी जोरदार मार दो मुंडे लई एंड सिरे दा मैच खेडिया जा रहा है समराले वाले 2000 करता प्रमोटरां ने हेदरिया जफा लाउणा पैणा है स्वर्गीय लखविंदर सिंह जी लखा ਉਹਨਾਂ ਦੇ ਵੱਲੋਂ ਉਹਨਾਂ ਦੇ ਪੁੱਤਰ ਖੈਰੀ ਦੇ ਵੱਲੋਂ ਕਾਲਖ ਵਾਲੇ ਜਿੰਨੇ ਜੱਫੇ ਲਾਉਣਗੇ ਉਹਨੇ 500 ਦੇ ਮਾਣ ਕੀਤੇ ਜਾਣੇ ਹੈ ਜੋਗਾ ਕੈਨੇਡਾ ਦੀਪਾ ਕੈਨੇਡਾ ਅਮਨਾ ਕੁੱਪ ਜੱਸੀ ਯੂਐਸਏ ਪੱਪੀ ਯੂਐਸਏ ਮੱਖਣ ਯੂਐਸਏ ਇਹ ਵੀਰ ਜਿਹੜੇ ਹੈ ਨਾ ਲਾਈਵ ਨਜ਼ਾਰਾ ਮਾਰ ਰਹੇ ਖੇਡ ਕਬੱਡੀ ਦਾ ਲਓ ਅਗਲੀ ਰੇਡ ਕਾਲੇ ਦੀ ਫਿਰ ਪਈ ਹੋਈ ਹੈ ਮੇਰੇ ਵੀਰੋ ਘਣੀ ਵਾਲੀਆ ਕਾਲਾ ਹੈ ਇਧਰ ਸੰਦੀਪ ਨਾਲ ਮੁਕਾਬਲਾ ਹੋਇਆ ਪਰ ਜੋ ਪੁਆਇੰਟ ਕਾਲੇ ਦੇ ਖਾਤੇ ਜਾ ਜੁੜਿਆ ਕੰਮਾ ਤਾਸ਼ਪੁਰੀਆ ਵਾਧਾ ਹੋਇਆ ਕਬੱਡੀ ਪਾਉਣ ਦੇ ਲਈ ਕੰਮਾ ਤਾਸ਼ਪੁਰੀਆ ਕਿ ਇਹਨਾਂ ਦਾ ਅਵਤਾਰ ਵੀ ਲੋਕੋ ਸੱਚੀਆਂ ਗੱਲਾਂ ਕਹਿੰਦਾ ਨਹੀਂ ਲੱਭਣਾ ਹਰਜੀਤ ਗਵਾਚਾ ਜੋਸੀ ਪਾਜੇ ਖਾਨੇ ਰਹਿੰਦਾ ਮਲਵਈ ਕਬੱਡੀਆਂ ਪਾਉਂਦੇ ਮਾਝੀ ਜੱਫੇ ਲਾਉਂਦੇ ਨੇ ਚਾਰੇ ਪਾਸੇ ਚਰਚੇ ਹੋ ਗਏ ਦਬਾਬੀਆਂ ਦੇ ਆ ਕੌਡੀ ਕੌਡੀ ਕਰਦੇ ਫਿਰਦੇ ਗਵਰੂ ਪੁੱਤ ਪੰਜਾਬੀਆਂ ਦੇ ਇਹ ਸੋਨੀ ਘਣੀ ਵਾਲੀ ਹੈ ਜਿਹਨੇ ਟੌਬੜਾ ਜੱਫਾ ਲਾੜਦਾ ਹੈ ਲਓ ਬਿਹਤਰੇ ਵਾਲਾ ਲੰਬੜਦਾਰ ਫਿਰ ਬੜਿਆ ਹੋਇਆ ਕਬੱਡੀ ਪਾਉਣ ਦੇ ਲਈ ਲਓ ਲੰਬੜਦਾਰ ਦੀ ਕਹਿੰਦੇ ਕਬੱਡੀ ਪੈ ਗਈ ਹੈ ਕਿ ਸੱਤ ਵਿੱਚ ਖੜ ਕੇ ਫੁੱਕੀ ਫੜਦੀ ਮਾਰੀ ਦੀ ਲੰਬੜਦਾਰ ਸਰਪੰਚ ਨਾਲ ਕਦੇ ਨਹੀਂ ਵਿਗਾੜੀ ਦੀ ਲਓ ਕਹਿੰਦੇ ਲੰਬੜਦਾਰ ਖੇਡ ਕਬੱਡੀ ਦਾ ਪੁਆਇੰਟ ਕਹਿੰਦੇ ਸਮਰਾਲੇ ਦੀ ਟੀਮ ਦੇ ਖਾਤੇ ਜੋੜ ਗਿਆ ਨਿੰਦਰ ਧਾਰੀਵਾਲ ਕਹਿੰਦੇ ਮਾਧੋਪੁਰੀਆਂ ਦੀ ਕਹਿੰਦੇ ਟੀਮ ਲਈ ਜੋੜ ਗਈ ਲਓ ਬੋਹਿਤ ਕਹਿੰਦੇ ਮੋਰ ਮਾਜਰੇ ਵਾਲੇ ਕਹਿੰਦੇ ਕਬੱਡੀ ਪਾ ਰਿਹਾ ਸਾਂਭੀ ਘੁੰਮਣ ਜੀ ਕਹਿੰਦੇ ਆਸਟ੍ਰੇਲੀਆ ਵਾਲੇ ਵੀ ਆਨੰਦ ਮਾਣਦੇ ਨੇ ਪਰ ਕਬੱਡੀ ਕਹਿੰਦੇ ਮੋਹਿਤ ਮੋਰ ਮਾਜਰੇ ਵਾਲੇ ਦੀ ਪਤਲੇ ਪਤੰਗ ਦੇ ਸਰੀਰ ਵਾਲੇ ਦੀ ਕਹਿੰਦੇ ਕਬੱਡੀ ਪੈ ਗਈ ਹੈ ਪਾਕਿਸਤਾਨ ਚ ਵੀ ਕਹਿੰਦੇ ਤਗੜਾ ਖੇਡਿਆ ਤੇ ਪੁਆਇੰਟ ਕਹਿੰਦੇ ਸਮਰਾਲੇ ਦੀ ਟੀਮ ਦੇ ਖਾਤੇ ਜੋੜਦਾ ਸ਼ਕਤੀਮਾਨ ਆ ਗਿਆ ਹੈ ਲਓ ਅਗਲੀ ਕਬੱਡੀ ਸ਼ਕਤੀਮਾਨ ਨੇ ਪਾੜਦੀ ਹੈ ਸ਼ਕਤੀਮਾਨ ਇੱਕ ਸੰਘਵਾੜ ਵਾਲਾ ਕਬੱਡੀ ਵਿੱਚ ਪ੍ਰਸਿੱਧ ਹੈ ਔਰ ਇੱਕ ਸ਼ਕਤੀਮਾਨ ਮੇਰੇ ਵੀ ਜੋ ਸੀਰ ਲਾਇਆ ਕਰਦਾ ਸੀਗਾ ਇਧਰ ਗੁਰਮੱਤੇ ਨੇ ਟਰਾਈ ਕੀਤੀ ਔਰ ਅਗਲੀ ਰੇਡ ਕਾਕਾ ਘਣੀ ਵਾਲੀ ਹੈ ਫਿਰ ਬਣ ਚੁੱਕਿਆ ਕਬੱਡੀ ਪਾਉਂਦੇ ਲਈ ਕਾਲਖ ਦੇ ਇਸ ਵੱਡੇ ਕਬੱਡੀ ਕੱਪ ਦਾ ਇਹ ਪਹਿਲਾ ਸੈਮੀਫਾਈਨਲ ਖੇਡਿਆ ਜਾ ਰਿਹਾ ਹੈ ਔਰ ਕੁਝ ਕੁ ਸਮਾਂ ਬਾਕੀ ਹੈ ਦੂਜੇ ਸੈਮੀ ਦੀਆਂ ਟੀਮਾਂ ਵੀ ਪੁੱਜ ਚੁੱਕੀਆਂ ਇਧਰ ਫਿਰ ਮੈਦਾਨ ਚ ਵੇਖਦਾ ਵੀ ਔਰ ਪੱਟੀ ਖੁੱਚ ਜੱਫਾ ਲੱਗ ਪਾਉ ਜਾਣੀ ਜਾਂ ਤੇ ਪਾਦੇ ਝੂਟੇ ਤੇ ਪੰਪ ਚੱਕਿਆ ਹੋਇਆ ਗੱਟਾ ਪਾਉ ਤੇ ਦੇ ਵਾਲਿਆ ਹੈ ਪਾਉ ਤੇ ਦੇ ਵਾਲਿਆ ਹੈ ਕਾਲਖ ਗੂੰਜ ਉੱਠਿਆ ਹੈ ਐਨ ਵੱਜ ਰਹੀਆਂ ਤਾੜੀਆਂ ਹੈ ਦੇ ਦੇ ਵਾਲੇ ਦੀਪੇ ਨੇ ਨਾ ਟੌਪ ਦਾ ਜੱਫਾ ਲਾੜਦਾ ਹੈ ਦੇ ਦੇ ਵਾਲੇ ਦੀਪੇ ਨੇ ਟੌਪ ਦਾ ਜੱਫਾ ਲਾੜਦਾ ਹੈ 500 ਦੇ ਮਾਣ ਗੋਲਡੀ ਸਾਹਨੇਵਾਲ ਤੇ ਨਾਲ ਪਿੰਦਰ ਕਾਲਖ ਚੰਨਾ ਕਾਲਖ ਤੇ ਨਾਲ ਹੈਰੀ ਹੋਣਾ ਦੇ ਵੱਲੋਂ 500 ਦੇ ਮਾਣ ਆਇਆ ਹੈ ਦੇਦਰੇ ਵਾਲੇ ਦੀਪੇ ਦੇ ਲਈ ਅਗਲੀ ਕਬੱਡੀ ਫਿਰ ਮੈਦਾਨ ਚ ਵੇਖਦਾ ਵੀ ਨਰਿੰਦਰ ਨੇ ਪਾਈ ਹੈ ਦਰਸ਼ਕ ਵੀਰੋ ਨਰਿੰਦਰ ਦੀ ਕਬੱਡੀ ਤੇ ਲੋਪੋ ਵਾਲੇ ਗੱਗੀ ਦਾ ਸੁਰ ਤਾਲ ਵਿੱਚ ਇਸ਼ਾਰਾ ਵੀ ਆ ਪੁਆਇੰਟ ਰੇਡਰ ਦੇ ਖਾਤੇ ਹੈ ਪੁਆਇੰਟ ਸੈਕਿੰਡ ਸੈਮੀਫਾਈਨਲ ਦੀਆਂ ਟੀਮਾਂ ਵੀ ਪੁੱਜ ਗਈਆਂ ਦੂਜਾ ਸੈਮੀਫਾਈਨਲ ਵੀ ਪੂਰਾ ਚੋਟੀ ਦਾ ਖੇਡਿਆ ਜਾਵੇਗਾ ਹਲਕੀ ਜੀ ਨੋਕ ਝੋਕ ਹੈ ਔਰ ਇੱਕ ਇੱਕ ਪੁਆਇੰਟ ਬੜਾ ਕੀਮਤੀ ਹੈ ਸਿਰੇ ਦੀ ਟੱਕਰ ਹੈ ਮੇਰੇ ਵੀਰੋ ਕਾਲਖ ਦੇ ਕਬੱਡੀ ਕੱਪ ਦਾ ਇਸ ਵੇਲੇ ਇਹ ਪਹਿਲਾ ਸੈਮੀਫਾਈਨਲ ਹੈ ਥੋੜਾ ਕੁ ਸਮਾਂ ਬਾਕੀ ਹੈ ਹਲਕੀ ਜੀ ਨੋਕ ਝੋਕ ਹੈ ਔਰ ਜ਼ਰੂਰੀ ਸੁਣਨਾ ਦੇ ਲਈ ਮਾਈਕ ਓਵਰ ਟੂ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੀ ਬੇਰਕਲਾਂ ਸਾਹਿਬ ਥੋੜੇ ਫਰਕ ਦੇ ਨਾਲ ਇਹ ਮੈਚ ਖੇਡਿਆ ਜਾ ਰਿਹਾ ਹੈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਾਕਾ ਕਢਾਣੀ ਯੂਐਸਏ ਉਹਨਾਂ ਦਾ ਇੱਕ $100 ਉਹਨਾਂ ਨੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਮਰਾਲੇ ਦੇ ਲਈ ਪੁੱਜਦਾ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ ਰੈਂਬੋ ਪ੍ਰਸਿੱਧ ਕਬੱਡੀ ਖਿਡਾਰੀ ਸਰਦਾਰ ਸੁਰਿੰਦਰਪਾਲ ਸਿੰਘ ਜੀ ਟੋਨੀ ਉਹਨਾਂ ਦੇ ਬੇਟੇ ਔਰ ਉਹਨਾਂ ਦੇ
साला साहब गुरदीप सिंह जी गिल जसपाल वांगर जिन्हां दी तरफों मनजीत सिहोड़ा ते प्रेम चनेर प्रसिद्ध कबड्डी खिडारियों के फादर साहबान के जिहड़े सन्मान ने मोटरसाइकिल दे नाल कीते जाने ने।